ਸਤਿਕਾਲ ਜੀ, ਮੈਂ ਧਰਮਿੰਦਰ ਸਿੰਘ। ਅੱਜ ਕੇਂਦਰ ਸਰਕਾਰ ਵੱਲੋਂ ਸੰਸਦ ਦੇ ਵਿੱਚ ਬਿਜਲੀ ਸੋਧ ਬਿੱਲ 2020 ਪੇਸ਼ ਕਰਕੇ ਸੰਯੁਕਤ ਕਿਸਾਨ ਮੋਰਚਾ ਤੇ ਕੁੱਲ ਭਾਰਤ ਦੇ ਕਿਰਤੀਆਂ ਦੇ ਨਾਲ ਇੱਕ ਧੋਖਾ ਕੀਤਾ ਹੈ। ਧੋਖਾ ਕਰਕੇ ਜਿੱਦਾਂ ਦੀ ਵਾਅਦਾ ਖਿਲਾਫੀ ਕੀਤੀ ਹੈ, ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਪੂਰੇ ਭਾਰਤ ਦੀਆਂ ਨੌਜਵਾਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਨਿਖੇਧੀ ਕਰਦੇ ਹਾਂ। ਤੇ ਕੱਲ ਮੁਕੇਰੀਆਂ ਦੇ ਵਿੱਚ ਜਿਹੜਾ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੋਇਆ, ਉਸੇ ਵਕਤ ਪੂਰੇ ਮੁਕੇਰੀਆਂ ਦਸੂਹਾ ਤਲਵਾੜਾ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਵੀ ਵੱਡੀ ਗਿਣਤੀ ਦੇ ਵਿੱਚ ਕੱਲ 9 ਅਗਸਤ ਠੀਕ 11 ਵਜੇ ਇਸੇ ਹੀ ਬਿਜਲੀ ਸੋਧ ਬਿੱਲ 2020 ਦੀ ਕਾਪੀਆਂ ਵੀ ਸਾੜ ਕੇ ਜਿਹੜਾ ਇੱਕ ਜ਼ਬਰਦਸਤ ਵਿਰੋਧ ਕੇਂਦਰ ਸਰਕਾਰ ਦਾ ਕੀਤਾ ਜਾਏਗਾ ਤੇ ਦੱਸਿਆ ਵੀ ਜਾਏਗਾ ਇਸ ਕਾਨੂੰਨ ਨੂੰ ਹਰ ਹਾਲਤ ਦੇ ਵਿੱਚ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਤੇ ਕੇਂਦਰ ਸਰਕਾਰ ਦੇ ਅਸੀਂ ਸਾਰੀ ਆਲਾ ਲੀਡਰਸ਼ਿਪ ਨੂੰ ਇਹ ਚੇਤਾਵਨੀ ਦਿੰਦੇ ਹਾਂ ਵੀ ਇਸ ਕਾਨੂੰਨ ਨੂੰ ਜਿਹੜਾ ਕਾਨੂੰਨ ਕਾਰਪੋਰੇਟ ਪੱਖੀ ਹੈ, ਸਰਮਾਏਦਾਰ ਪੱਖੀ ਹੈ, ਤੁਸੀਂ ਦੁਬਾਰਾ ਤੋਂ ਉਹਨਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਫਾਇਦਾ ਦੇਣਾ ਚਾਹੁੰਦੇ ਹੋ, ਉਹ ਹਰਗਿਜ਼ ਭਾਰਤ ਦੇ ਕਿਸਾਨ, ਭਾਰਤ ਦੇ ਕਿਰਤੀ ਲੋਕ, ਭਾਰਤ ਦੇ ਜਿਹੜੇ ਨੌਜਵਾਨ ਹੈ ਉਹ ਨਹੀਂ ਜਿਹੜੇ ਹੈ ਤੁਹਾਡੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਹੋਣ ਦੇਣਗੇ। ਤੇ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਨੂੰ ਰੱਦ ਕਰਨ ਦੀ ਜਿਹੜੀ ਗੱਲ ਕਹੀ ਸੀ ਕੇਂਦਰ ਸਰਕਾਰ ਨੇ ਤੇ ਦੁਬਾਰਾ ਤੋਂ ਅੱਜ ਸੰਸਦ ਦੇ ਵਿੱਚ ਪੇਸ਼ ਕਰਕੇ ਵਾਅਦਾ ਖਿਲਾਫੀ ਕੀਤੀ ਹੈ ਪੂਰੇ ਭਾਰਤ ਦੇ ਕਿਸਾਨਾਂ ਦੇ ਨਾਲ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਤੇ ਪੂਰੇ ਮੁਕੇਰੀਆਂ ਦੇ ਤਲਵਾੜਾ ਤੇ ਹਾਜੀਪੁਰ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ, ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕੱਲ੍ਹ ਠੀਕ 11 ਵਜੇ 9 ਅਗਸਤ SDM ਕੰਪਲੈਕਸ ਦੇ ਬਾਅਦ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਜਿਹੜੀਆਂ ਸਾੜ ਕੇ ਇੱਕ ਜ਼ਬਰਦਸਤ ਜਿਹੜਾ ਵਿਰੋਧ ਹੈ ਉਹ ਆਪਾਂ ਮੁਕੇਰੀਆਂ ਦੇ ਵਿੱਚ ਕਰਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਅਪੀਲ ਕਰਦੇ ਹਾਂ ਵੀ ਪੂਰੇ ਪੰਜਾਬ ਦੇ ਵਿੱਚ ਬਿਜਲੀ ਸੋਧ ਬਿੱਲ 2022 ਦੀਆਂ ਕਾਪੀਆਂ ਸਾੜੀਆਂ ਜਾਣ ਤੇ ਕੇਂਦਰ ਸਰਕਾਰ ਦੀ ਜਿਹੜੀ ਪੂਰੀ ਲੀਡਰਸ਼ਿਪ ਨੂੰ ਇਹ ਚੇਤਾਵਨੀ ਦਿੱਤੀ ਜਾਵੇ ਵੀ ਇਹ ਕਾਨੂੰਨ ਹਰ ਹਾਲਤ ਦੇ ਵਿੱਚ ਜਿਹੜਾ ਹੈ ਉਹ ਲਾਗੂ ਨਹੀਂ ਹੋਣਾ ਚਾਹੀਦਾ, ਇਹਨੂੰ ਹਰ ਹਾਲਤ ਦੇ ਵਿੱਚ ਰੱਦ ਕਰਨਾ ਚਾਹੀਦਾ ਜਿਹੜਾ ਤੁਸੀਂ ਸੰਸਦ ਦੇ ਵਿੱਚ ਪੇਸ਼ ਕਰਕੇ ਦੁਬਾਰਾ ਤੋਂ ਲੋਕਾਂ ਦੇ ਵਿੱਚ ਇੱਕ ਰੋਹ ਪੈਦਾ ਕੀਤਾ ਹੈ ਤੇ ਜਿਹਦਾ ਖਾਮਿਆਜ਼ਾ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਨੂੰ ਭੁਗਤਣਾ ਪੈ ਸਕਦਾ। ਅਸੀਂ ਵੱਧ ਤੋਂ ਵੱਧ ਅਪੀਲ ਕਰਦੇ ਹਾਂ ਵੀ ਕੱਲ੍ਹ ਮੁਕੇਰੀਆਂ SDM ਕੰਪਲੈਕਸ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕਿਸਾਨ ਪਹੁੰਚਣ ਤੇ ਬਿਜਲੀ ਸੋਧ ਬਿੱਲ ਦੀ ਜਿਹੜੀ ਕਾਪੀਆਂ ਉੱਥੇ ਸਾੜੀਆਂ ਜਾਣਗੀਆਂ। ਅਪੀਲ ਕਰਦੇ ਹਾਂ ਵੀ ਇਸ ਮੈਸੇਜ ਨੂੰ ਵੀ ਜਲਦ ਤੋਂ ਜਲਦ ਵੱਧ ਤੋਂ ਵੱਧ ਨੌਜਵਾਨਾਂ ਤੱਕ, ਕਿਸਾਨਾਂ ਮਜ਼ਦੂਰਾਂ ਤੱਕ ਭੇਜਿਆ ਜਾ ਕੇ ਤਾਂ ਕਿ ਇੱਕ ਜ਼ਬਰਦਸਤ ਵਿਰੋਧ ਕੇਂਦਰ ਸਰਕਾਰ ਦਾ ਜਿਹੜਾ ਆ ਉਹ ਕੀਤਾ ਜਾ ਸਕੇ। ਧੰਨਵਾਦ।